ਜੀਤ ਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਪਲੇਟਫਾਰਮ ਮਾਸਟਰ ਕਲਾਸਿਸ ਪਟਿਆਲਾ ਤੇ ਸੋ ਅੱਜ ਅਸੀਂ ਦੁਬਾਰਾ ਫੇਰ ਇੱਕ ਵਾਰੀ YouTube ਦੇ ਪਲੇਟਫਾਰਮ ਤੇ ਇਕੱਠੇ ਹੋ ਰਹੇ ਹਾਂ ਵਜ੍ਹਾ ਬੜੀ ਸਾਫ਼ ਆ ਕਿ ਫਟਵਾਰੀ ਦੇ ਪ੍ਰੀ ਦੇ ਪੇਪਰ ਤੋਂ ਬਾਅਦ ਤੇ ਉਹਦੇ ਰਿਜ਼ਲਟ ਆਉਣ ਤੋਂ ਬਾਅਦ ਬਹੁਤ ਸਾਰੇ ਬੱਚਿਆਂ ਦੇ ਡਾਊਟਸ ਨੇ ਠੀਕ ਹੈ ਰਿਜ਼ਰਵੇਸ਼ਨ ਨੂੰ ਲੈ ਕੇ ਕੀ ਰਿਜ਼ਰਵੇਸ਼ਨ ਪਾਲਿਸੀ ਕੀ ਹੁੰਦੀ ਹੈ ਕੱਟਆਫ ਕਿਵੇਂ ਤੈਅ ਕੀਤੀ ਜਾਂਦੀ ਹੈ ਕਿਸੇ ਵੀ ਐਗਜ਼ਾਮ ਚ ਠੀਕ ਹੈ ਤੇ ਇਸ ਤੋਂ ਬਿਨਾ ਮੇਨਸ ਦੀ ਤਿਆਰੀ ਜਿਹੜੀ ਆ ਉਹ ਕਿਵੇਂ ਕਰੀਏ ਤੇ ਉਸ ਤੋਂ ਇੱਕ ਸਵਾਲ ਹੋਰ ਆ ਕਿ ਸਾਡਾ ਤੇ ਪ੍ਰੀਚ ਪਰਫਾਰਮੈਂਸ ਬੜੀ ਵਰਸਟ ਹੋਈ ਹੈ ਅਸੀਂ ਕੁਝ ਕਰ ਸਕਦੇ ਆ ਅੱਗੇ ਕਿ ਨਹੀਂ ਕਰ ਸਕਦੇ ਅਸੀਂ ਸਬ ਇਨਸਪੈਕਟਰ ਦੇ ਪੇਪਰ ਦੇ ਕੇ ਆਏ ਪੇਪਰ ਟਰੈਕ ਤੋਂ ਬਾਹਰ ਜਾ ਕੇ ਪਾ ਰਹੇ ਆ ਤੇ ਅਸੀਂ ਹੁਣ ਅਗਲੇ ਪੇਪਰਾਂ ਦੀ ਤਿਆਰੀ ਕਿਵੇਂ ਕਰੀਏ ਇਹਨਾਂ ਸਾਰੇ ਸਵਾਲਾਂ ਨੂੰ ਇੱਕ ਇੱਕ ਕਰਕੇ ਐਡਰੈਸ ਕਰਾਂਗੇ ਤੇ ਉਸ ਤੋਂ ਬਾਅਦ ਲਾਸਟ ਜਾ ਕੇ ਬਿਲਕੁਲ ਅਸੀਂ ਗੱਲ ਕਰਾਂਗੇ ਕਿ ਮਾਸਟਰ ਕਲਾਸਿਸ ਪਟਿਆਲਾ ਜਿਹੜੇ ਬਿਲਕੁਲ ਲੇਟੈਸਟ ਕੋਰਸ ਤੁਹਾਡੇ ਪੇਪਰਾਂ ਦੀ ਤਿਆਰੀ ਵਾਸਤੇ ਲੈ ਕੇ ਆਇਆ ਹੈ ਉਹ ਕੀ ਹੈ ਠੀਕ ਹੈ ਤੇ ਤੁਹਾਨੂੰ ਉਹਦੇ ਤੋਂ ਕੋਈ ਬੈਨੀਫਿਟ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ ਉਹ ਤੁਸੀਂ ਖੁਦ ਤੈਅ ਕਰਨਾ ਹੈ ਸੋ ਸਭ ਤੋਂ ਪਹਿਲਾਂ ਆਪਾਂ ਪਟਵਾਰੀ ਦੀ ਗੱਲ ਕਰਦੇ ਹਾਂ ਦੇਖੋ ਇਹ ਗੱਲ ਤਾਂ ਅੰਡਰਸਟੂਡ ਹੈ ਕਿ ਜੇ ਕਿਸੇ ਬੰਦੇ ਨੇ ਜ਼ਿੰਦਗੀ 'ਚ ਤਿਆਰੀ ਕਰੀ ਆ ਠੀਕ ਆ ਅੱਜ ਚਾਹੇ ਉਹਦਾ ਕੁਝ ਬਣਿਆ ਹੈ ਚਾਹੇ ਨਹੀਂ ਬਣਿਆ ਹਰ ਸਿਆਣਾ ਬੰਦਾ ਪੇਪਰ ਦੇਖ ਕੇ ਇਹ ਦੱਸ ਸਕਦਾ ਸੀਗਾ ਕਿ ਇਸ ਪੇਪਰ ਚ 64 ਤੋਂ ਲੈ ਕੇ 68 ਦੇ ਵਿੱਚ ਹੀ ਕਟ-ਆਫ ਜਾਣੀ ਆ ਕਿਉਂਕਿ ਪੇਪਰ ਜਿਸ ਪੱਧਰ ਦਾ ਔਖਾ ਆ ਸੀਗਾ ਤਾਂ ਇਸ ਤੋਂ ਵੱਧ ਕਟ-ਆਫ ਜਾ ਹੀ ਨਹੀਂ ਸਕਦੀ ਜਿਹੜੇ 80 ਜਾਂ 90 ਕਟ-ਆਫ ਬਣਾ ਰਹੇ ਸੀਗੇ ਉਹ ਸਾਫ਼ ਪਤਾ ਲੱਗਦਾ ਸਾਨੂੰ ਕਿ ਉਹ ਕਰ ਕੀ ਰਹੇ ਆ ਕਿਵੇਂ ਉਹਨਾਂ ਦੇ ਸਿਸਟਮ ਚੱਲਦੇ ਆ ਤੇ ਕੀ ਕਰਦੇ ਆ ਉਹ ਅਸਲ 'ਚ ਇੱਕ ਟੀਚਰ ਦਾ ਤਜਰਬਾ ਇੰਨਾ ਹੋਣਾ ਚਾਹੀਦਾ ਕਿ ਐਟ ਲੀਸਟ ਉਹ ਕੁਐਸਚਨ ਪੇਪਰ ਦੇ ਕੇ ਇਹ ਦੱਸ ਦੇ ਕਿ ਇੰਨੀਆਂ ਪੋਸਟਾਂ ਇਸ ਰੈਂਕ ਤੱਕ ਦੇ ਬੰਦੇ ਦੇ ਕਿੰਨੇ ਨੰਬਰ ਆਉਣਗੇ ਅਸੀਂ ਉਹੀ ਕੀਤਾ ਹੁਣ ਬਹੁਤ ਬੱਚੇ ਮੈਨੂੰ ਕਹਿ ਰਹੇ ਆ ਕਿ ਸਬ ਇਨਸਪੈਕਟਰ ਦੀ ਕੱਟਆਫ ਦੱਸੀ ਜਾਵੇ ਤਾਂ ਅਸੀਂ ਉਹਨਾਂ ਨੂੰ ਕੀ ਦੱਸੀਏ ਕਿ ਸਾਡੇ ਹੱਥ 'ਚ ਕੁਐਸਚਨ ਪੇਪਰ ਹੀ ਨਹੀਂ ਹੈਗਾ ਅਸੀਂ ਖੁਦ ਕੁਐਸਚਨ ਅਸੀਂ ਖੁਦ ਟੈਸਟ ਦੇ ਕੇ ਨਹੀਂ ਆਏ ਪਟਵਾਰੀ ਦਾ ਟੈਸਟ ਦੇ ਕੇ ਨਹੀਂ ਆਇਆ ਸਬ ਇੰਸਪੈਕਟਰ ਦਾ ਟੈਸਟ ਦੇ ਕੇ ਨਹੀਂ ਆਇਆ ਜਦੋਂ ਤੱਕ ਜੇ ਮੈਂ ਕੋਈ ਕੁਐਸਚਨ ਪੇਪਰ ਦੇਖਿਆ ਹੋਊਗਾ ਤਾਂ ਮੈਂ ਦੇਖ ਕੇ ਤੈਅ ਕਰ ਸਕਦਾ ਸੀ ਕਿ ਹਾਂ ਯਾਰ ਇਸ ਲੈਵਲ ਦਾ ਪੇਪਰ ਮੇਰੀ ਸ਼ਿਫਟ ਚ ਆਇਆ ਐਵੇਂ ਦਾ ਹੀ ਸਾਰਿਆਂ ਦੀ ਸ਼ਿਫਟ ਚ ਆ ਰਿਹਾ ਹੋਊਗਾ ਇੰਨੇ ਕ ਨੰਬਰ ਜਿਹੜਾ ਲੈ ਗਿਆ ਮੋਰ ਥੈਨ ਸਫੀਸ਼ੀਐਂਟ ਉਹਦੇ ਵਾਸਤੇ ਸੋ ਐਸ ਆਈ ਦੀ ਜਿਹੜੀ ਉਹ ਕੱਟਆਫ ਆ ਉਹਦੀ ਪ੍ਰੈਡਿਕਸ਼ਨ ਤਾਂ ਬਿਲਕੁਲ ਹੀ ਖਾਰਜ ਕਰ ਦਿੱਤੀ ਗਈ ਹੈ ਸਾਡੇ ਦੁਆਰਾ ਕੋਈ ਆਈਡੀਆ ਹੈ ਹੀ ਨਹੀਂ ਉਹਦੇ ਬਾਰੇ ਜਿੱਥੋਂ ਤੱਕ ਪਟਵਾਰੀ ਦੀ ਕੱਟਆਫ ਦਾ ਸਵਾਲ ਆ ਪਟਵਾਰੀ ਦੀ ਕੱਟਆਫ 64 ਤੋਂ ਲੈ ਕੇ 68 ਦੇ ਵਿੱਚ ਵਿੱਚ ਰਹਿਣ ਦੀ ਉਮੀਦ ਸੀ ਤੇ ਉਵੇਂ ਹੀ ਆਈ ਆ ਹੁਣ ਅਸੀਂ ਇਸ ਕੱਟਆਫ ਤੋਂ ਕੀ ਆਈਡੀਆ ਲਾ ਸਕਦੇ ਆ ਇਸ ਕੱਟਆਫ ਚ ਕੀ ਹੁੰਦਾ ਏ ਦੇਖੋ ਜਦੋਂ ਕੋਈ ਵੀ ਪੇਪਰ ਦੋ ਸ਼ਿਫਟਾਂ ਚ ਹੋਵੇ ਦੋ ਫੇजेस ਚ ਹੋਵੇ ਨਾ ਫੇਜ਼ 1 ਤੇ ਫੇਜ਼ 2 ਫੇਜ਼ 1 ਦੇ ਵਿੱਚ ਹਮੇਸ਼ਾ ਕੋਟਾ ਹੁੰਦਾ ਏ ਤੇ ਫੇਜ਼ 2 ਚ ਅਪਲਾਈ ਕੀਤੀ ਜਾਂਦੀ ਏ ਰਿਜ਼ਰਵੇਸ਼ਨ ਅਕੋਰਡਿੰਗ ਟੂ ਰੂਲਸ ਕੋਟੇ ਦਾ ਮਤਲਬ ਇਹ ਹੁੰਦਾ ਕਿ ਜੇ ਜਰਨਲ ਕੈਟਾਗਰੀ ਦੀਆਂ 400 ਸੀਟਾਂ ਐ ਨਾ ਤਾਂ 4000 ਬੱਚਾ ਜਰਨਲ ਕੈਟਾਗਰੀ ਚ 10000 ਬੱਚਾ ਦੂਜੇ ਫੇਸ ਤੇ ਲੈ ਕੇ ਜਾਇਆ ਜਾਊਗਾ ਇਹਦੇ ਚ ਕੋਈ ਵੀ ਐਸਸੀ ਬੀਸੀ ਇਨਕਲੂਡਡ ਨਹੀਂ ਹੋਊਗਾ ਇਹ ਗੱਲ ਧਿਆਨ ਰੱਖਿਓ ਜੇ ਕੁੜੀਆਂ 30 ਲੈ ਕੇ ਜਾਣੀਆਂ ਤਾਂ 300 ਕੁੜੀਆਂ ਨੂੰ ਅੱਗੇ ਲੈ ਕੇ ਜਾਇਆ ਜਾਊਗਾ ਇਹਦੇ ਚ ਕੋਈ ਐਸਸੀ ਬੀਸੀ ਵਾਲਾ ਕੋਟਾ ਨਹੀਂ ਹੋਊਗਾ ਜੇ 5 105 ਐਸਸੀ ਰੱਖਣੇ ਆ ਤਾਂ 1050 ਐਸਸੀ ਅੱਗੇ ਲੈ ਕੇ ਜਾਏ ਜਾਣਗੇ ਜਰਨਲ ਜੇ 400 ਰੱਖਣੇ ਆ ਜੇ ਜਰਨਲ ਦੇ ਵਿੱਚ ਈਡਬਲਯੂਐਸ 100 ਰੱਖਣਾ ਹੈ ਤਾਂ 1000 ਈਡਬਲਯੂਐਸ ਅੱਗੇ ਜਾਊਗਾ ਇਹ ਸਟ੍ਰੈਟਜੀ ਹੁੰਦੀ ਹੈ ਇਹ ਇਹ ਪੈਟਰਨ ਹੁੰਦਾ ਹੈ ਇਹ ਕੋਟਾ ਹੁੰਦਾ ਹੈ ਫਰਸਟ ਫੇਜ਼ ਹਮੇਸ਼ਾ ਕੋਟਾ ਬੇਸਡ ਹੁੰਦਾ ਹੈ ਇਹ ਜਿਹੜਾ ਸੈਕੰਡ ਫੇਜ਼ ਹੁੰਦਾ ਨਾ ਇਹ ਰਿਜ਼ਰਵੇਸ਼ਨ ਬੇਸਡ ਹੁੰਦਾ ਹੈ ਇਹਦੇ ਚ ਡਿਪੈਂਡਿੰਗ ਪਾਉਂਦੀ ਕੰਡੀਸ਼ਨਸ ਜਿਹੜੀ ਜਿਹੜੀ ਰੂਲਸ ਦੇ ਵਿੱਚ ਹਾਰੀਜ਼ੋਂਟਲ ਰਿਜ਼ਰਵੇਸ਼ਨ ਉੱਥੇ ਉਹ ਲੱਗੂਗੀ ਜਿੱਥੇ ਵਰਟੀਕਲ ਉੱਥੇ ਉਹ ਲੱਗੂਗੀ ਤੇ ਪੰਜਾਬ ਚ ਹਰੀਜ਼ੋਂਟਲ ਹੈਗੀ ਆ ਕੁੜੀਆਂ ਦੀ ਤੇ ਇੱਕ ਹੈਗੀ ਆ ਈਡਬਲਯੂਐਸ ਦੀ ਬਾਕੀ ਸਾਰੀਆਂ ਰਿਜ਼ਰਵੇਸ਼ਨ ਵਰਟੀਕਲ ਨੇ ਪਰ ਪਹਿਲੇ ਸਟੇਜ ਤੇ ਸਾਰਾ ਕੁਝ ਹੀ ਹਰੀਜ਼ੋਂਟਲ ਆ ਮਤਲਬ ਤੁਸੀਂ ਆਪਣੀ ਕੈਟਾਗਰੀ ਚ ਹੀ ਲੜੋਗੇ ਇੱਥੇ ਤੁਸੀਂ ਦੂਜੀ ਕੈਟਾਗਰੀ ਦੀਆਂ ਸੀਟਾਂ ਖਰਾਬ ਨਹੀਂ ਕਰ ਸਕਦੇ ਸੋ ਜਿਨ੍ਹਾਂ ਨੇ ਕਟਆਫ ਬਣਾਉਣੀ ਆ ਕਈ ਚੈਨਲਸ ਨੇ ਜਿਨ੍ਹਾਂ ਨੇ ਬੜੀ ਮਿਹਨਤ ਕਰਕੇ ਚਲੋ ਸਾਡੀ ਮਿਹਨਤ ਦਾ ਤੇ ਸਾਰਿਆਂ ਨੂੰ ਪਤਾ ਹੀ ਹੈ ਕਿ ਕਿੰਨੇ ਕਿ ਜੋਗੇ ਆ ਸੀ ਪਰ ਕਈ ਚੈਨਲਸ ਨੇ ਬੜੀ ਮਿਹਨਤ ਕਰਕੇ ਵੱਖਰੀਆਂ ਵੱਖਰੀਆਂ ਸ਼ੀਟਸ ਜਿਹੜੀਆਂ ਨੇ ਮਤਲਬ ਕਿ ਅ ਲੜਕੀਆਂ ਦੀ ਅੱਡ ਮੁੰਡਿਆਂ ਦੀ ਉਹਨਾਂ ਦੀ ਮੁੰਡਿਆਂ ਦੀ ਜਰਨਲ ਦੀ ਅੱਡ ਕੈ ਤਿਆਰ ਕੀਤੀ ਆ ਐਸ ਸੀ ਬੀ ਸੀ ਈ ਡਬਲਯੂ ਐਸ ਹਰ ਇੱਕ ਦੀ ਵੱਖਰੀ ਵੱਖਰੀ ਕਟਆਫ ਤਿਆਰ ਕੀਤੀ ਆ ਤੁਸੀਂ ਉਹਨਾਂ ਚੈਨਲਸ ਨੂੰ ਜਾ ਕੇ ਫੋਲੋ ਕਰੋ ਤੇ ਤੁਹਾਨੂੰ ਸਾਰਾ ਕੁਝ ਮਿਲ ਜੇਗਾ ਇਹ ਤਾਂ ਸੀ ਪਟਵਾਰੀ ਦੀ ਕਟਆਫ ਨਾਲ ਸੰਬੰਧਤ ਇਸ ਤੋਂ ਬਾਅਦ ਜਿਨ੍ਹਾਂ ਦੇ ਪਟਵਾਰੀ ਦੇ ਪੇਪਰ 'ਚ ਵਧੀਆ ਮਾਰਕਸ ਆ ਗਏ ਉਹ ਮੇਨਸ ਦੀ ਤਿਆਰੀ ਕੀ ਕਰਨ ਜਦੋਂ ਕੋਈ ਸਿਲੇਬਸ ਨਹੀਂ ਮੈਂਸ਼ਨਡ ਹੁੰਦਾ ਨਾ ਤਾਂ ਇਹਦਾ ਮਤਲਬ ਸਾਫ਼-ਸਾਫ਼ ਪਤਾ ਹੈ ਵੈਸੀ ਵੀ ਉਹਨਾਂ ਨੇ ਲਿਖਿਆ ਹੋਇਆ ਹੈ ਕਿ ਪ੍ਰੀ ਤੇ ਮੇਨਜ਼ ਇਕੋ ਲੈਵਲ ਦੇ ਪੇਪਰ ਲਏ ਜਾਣਗੇ। ਉਹੀ ਸਿਲੇਬਸ ਪ੍ਰੀ ਦਾ ਹੈ ਉਹੀ ਸਿਲੇਬਸ ਮੇਨਜ਼ ਦਾ ਹੈ। ਹਾਂ ਇਹਨਾ ਜ਼ਰੂਰ ਜੋ ਕੁਝ ਪ੍ਰੀ ਦੇ ਸਿਲੇਬਸ ਚ ਮੈਂਸ਼ਨ ਸੀਗਾ ਪਰ ਉਹਨਾਂ ਨੇ ਨਹੀਂ ਪਾਇਆ ਜਿਵੇਂ ਲੈਂਡ ਮੇਜਰਮੈਂਟ ਉਹ ਇਸ ਵਾਰ ਆ ਸਕਦੀ ਹੈ। ਜੋ ਪ੍ਰੀ ਚ ਮੈਂਸ਼ਨਡ ਸੀ ਬਟ ਆ ਨਹੀਂ ਸਕਿਆ ਕਿਸੇ ਕਾਰਨ ਕਰਕੇ ਉਹ ਮੇਨਜ਼ ਦੇ ਪੇਪਰ ਚ ਜ਼ਰੂਰ ਆ ਸਕਦਾ ਇਸ ਗੱਲ ਦਾ ਖਾਸ ਧਿਆਨ ਰੱਖਿਓ। ਪੈਟਰਨ ਬਦਲ ਸਕਦਾ ਹੈ ਮਤਲਬ ਕਿ ਜੀਕੇ ਦੇ ਸਵਾਲਾਂ ਦਾ ਟੇਸਟ ਬਦਲ ਸਕਦਾ ਹੈ ਪੀ ਟ੍ਰਿਪਲ ਐਸ ਬੀ ਇਸ ਵਾਰ ਪਿਛਲੀ ਵਾਰ ਤਾਂ ਪੇਪਰ ਉਹਨਾਂ ਨੇ ਨੀਟਰ ਤੋਂ ਸੈੱਟ ਕਰਵਾਇਆ ਸੀ ਇਸ ਵਾਰ ਦਾ ਪੇਪਰ ਉਹ ਖੁਦ ਸੈੱਟ ਕਰ ਸਕਦੇ ਆ ਇਸ ਤਰੀਕੇ ਦੀਆਂ ਸੰਭਾਵਨਾਵਾਂ ਤਾਂ ਹੋ ਸਕਦੀਆਂ ਬਟ ਪੇਪਰ ਦੇ ਪੈਟਰਨ ਚ ਕੋਈ ওভারঅল ਪੈਟਰਨ ਜਿਹੜਾ ਸਟਰਕਚਰ ਜਿਹੜਾ ਪੇਪਰ ਦਾ ਉਹਦੇ ਚ ਕੋਈ ਤਬਦੀਲੀ ਨਹੀਂ ਆਉਣੀ ਸੋ ਇਸ ਗੱਲ ਦਾ ਖਾਸ ਧਿਆਨ ਰੱਖਿਓ ਇਹ ਮੈਨਸ ਦੀ ਤਿਆਰੀ ਕਰਨ ਵਾਲਿਆਂ ਵਾਸਤੇ ਆ ਮਾਸਟਰ ਕਲਾਸਿਸ ਪਟਿਆਲਾ ਦੀ ਐਪ ਤੇ ਜਾ ਕੇ ਲੈਫਟ ਕਾਰਨਰ ਚ ਉੱਪਰ ਤਿੰਨ ਬਟਨ ਹੁੰਦੇ ਆ ਕਿਸੇ ਨੇ ਕੋਰਸ ਬਾਇ ਕਰਿਆ ਕਿਸੇ ਨੇ ਨਹੀਂ ਕੁਝ ਫਰਕ ਨਹੀਂ ਪੈਂਦਾ ਕਲਿੱਕ ਕਰਿਓ ਸਟੱਡੀ ਮਟੀਰੀਅਲ ਖੁੱਲੂਗਾ ਇੱਥੇ ਪੀ ਟਰिपल ਐਸ ਵੀ ਖੁੱਲੂਗਾ ਪੀ ਟਰिपल ਐਸ ਵੀ ਫੋਲਡਰ ਦੇ ਵਿੱਚ ਜਾ ਕੇ ਇੰਗਲਿਸ਼ ਐਂਡ ਮੈਥ ਦੀ ਬੁੱਕ ਐਕਟ ਉਹਦੇ ਚ ਹਰ ਚੈਪਟਰ ਦੇ 20-20 ਸਵਾਲ ਆ ਸਮਾਂ ਸਿਰਫ ਰਿਵੀਜ਼ਨ ਦਾ ਐ ਕੋਈ ਟੈਸਟ ਸੀਰੀਜ਼ ਮਹਿੰਗੀ ਲੱਗ ਰਹੀ ਆ ਨਹੀਂ ਲਾਉਣੇ ਪੈਸੇ ਤਾਂ ਇਹਦੀ ਸਾਰੀ ਮੈਥ ਰੀਜ਼ਨਿੰਗ ਕਰ ਦੋ ਇੱਥੇ ਹੀ ਇੱਕ ਕਿਤਾਬ ਇੰਗਲਿਸ਼ ਦੀ ਪਈ ਆ ਇੱਥੇ ਹੀ ਇੱਕ ਕਿਤਾਬ ਪੰਜਾਬੀ ਦੀ ਪਈ ਆ ਠੀਕ ਹੈ ਇੱਥੇ ਹੀ ਕੰਪਿਊਟਰ ਦੀ ਕਿਤਾਬ ਪਈ ਹੈ ਈਵਨ ਕਿ ਜਿਹੜੀ ਕੰਪਿਊਟਰ ਦੀ ਕਿਤਾਬ ਮੈਂ ਅਕਸਰ ਕਹਿਣਾ ਹੁੰਨਾ ਤੁਹਾਨੂੰ ਠੀਕ ਹੈ ਉਸ ਕੰਪਿਊਟਰ ਦੀ ਕਿਤਾਬ ਚੋਂ ਅਸੀਂ ਕਲੇਮ ਨਹੀਂ ਕਰਦੇ ਕਿ ਅਸੀਂ ਆਹ ਕਰਾਤਾ ਜਾਂ ਉਹ ਆਇਆ ਤੁਸੀਂ ਖੁਦ ਚੈੱਕ ਕਰਿਓ ਜਾ ਕੇ ਕਿ ਉੱਥੇ ਜਿਹੜੀ ਕੰਪਿਊਟਰ ਦੀ ਕਿਤਾਬ ਪਈ ਹੋਈ ਸੀਗੀ ਉਸ ਕੰਪਿਊਟਰ ਦੀ ਕਿਤਾਬ ਦੇ ਵਿੱਚੋਂ ਕਿੰਨੇ ਨੰਬਰਾਂ ਦਾ ਪੇਪਰ ਆਇਆ ਹੈ ਠੀਕ ਹੈ ਜਿਹੜਾ ਮੇਨਸ ਦਾ ਪ੍ਰੀ ਦਾ ਪੇਪਰ ਹੋਇਆ ਸੀਗਾ ਜਿੰਨੇ ਉਹਦੇ 20 15 ਜਿੰਨੇ ਵੀ ਸਵਾਲ ਸੀਗੇ ਇੱਕ ਦੋ ਨੂੰ ਛੱਡ ਕੇ ਸਾਰੇ ਕੋਈ ਇਹ ਕਹਦੇ ਕਿ ਥੋਡੇ ਕਿਰਾਏ ਚੋਂ ਕਿਵੇਂ ਆ ਗਿਆ ਯਾਰ ਕਿਸੇ ਦੇ ਕਿਰਾਏ ਚੋਂ ਕੀ ਆਉਣਾ ਪੁਰਾਣੇ ਸਵਾਲ ਚੱਕ ਕੇ ਪਾਤੇ ਉਹ ਸਾਰਿਆਂ ਕੋਲ ਹੀ ਪਏ ਹੁੰਦੇ ਆ ਤੁਸੀਂ ਵੱਧ ਤੋਂ ਵੱਧ ਪ੍ਰੀ ਪੁਰਾਣੇ ਸਵਾਲ ਜਿਹੜੇ ਆ ਜੀ ਉਹ ਕਰ ਲਓ ਚਾਹੇ ਉਹ ਆਈਬੀਪੀਐਸ ਚਾਹੇ ਆ ਤੇ ਚਾਹੇ ਉਹ ਪੰਜਾਬ ਦੇ ਪੇਪਰਾਂ ਚਾਹੇ ਆ ਤੁਹਾਡਾ ਕੰਪਿਊਟਰ ਹੋ ਜਾਊਗਾ ਸੋ ਕੰਪਾਈਲੇਸ਼ਨਸ ਨੇ ਸਾਰਿਆਂ ਇੰਸਟੀਚੂਟਾਂ ਕੋਲ ਪਈ ਹੋਈ ਹੈ ਜਿੱਥੋਂ ਮਰਜ਼ੀ ਲੈ ਕੇ ਪੜ੍ਹ ਲਓ ਹਿੰਮਤ ਆ ਤੁਹਾਡੀ ਸਾਡੇ ਵਰਗਿਆਂ ਦਾ ਕਹਿ ਕਹਿ ਕੇ ਢਿੱਡ ਨਹੀਂ ਭਰਨਾ ਕਿ ਸਾਡੇ ਕਿਰਾਏ ਚੋਂ ਸਾਰਾ ਆ ਗੱਲ ਇਹ ਆ ਕਿ ਤੁਹਾਨੂੰ ਕਿਹਦਾ ਸਮਝ ਆਇਆ ਬਸ ਨੈਕਸਟ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਜੀ ਜਿੰਨਾ ਬੱਚਿਆਂ ਦੀ ਤਿਆਰੀ ਨਹੀਂ ਹੋ ਸਕੀ ਉਹ ਅੱਗੇ ਕਾਂਸਟੇਬਲ ਦੇ ਪੇਪਰ ਤੇ ਕਿਵੇਂ ਫੋਕਸ ਕਰਨ ਸਪੈਸ਼ਲੀ ਕਾਂਸਟੇਬਲ ਇੰਟੈਲੀਜੈਂਸ ਅਸਿਸਟੈਂਟ ਦੇ ਨਾਲ ਜਿਹੜਾ ਉਹਦਾ ਪੀਬੀਆਈ ਕਾਂਸਟੇਬਲ ਦਾ ਪੇਪਰ ਹੋਣਾ ਹੈ ਹੈੱਡ ਕਾਂਸਟੇਬਲ ਦਾ ਪੇਪਰ ਹੋ ਰਿਹਾ ਹੈ ਇਨ੍ਹਾਂ ਪੇਪਰਾਂ ਦੀ ਸਭ ਤੋਂ ਵੱਡੀ ਦੁਬਿਧਾ ਪਤਾ ਕੀ ਹੈ ਬੱਚਿਆਂ ਨੂੰ ਇਨ੍ਹਾਂ ਦੇ ਸਿਲੇਬਸ ਦਾ ਹੀ ਨਹੀਂ ਪਤਾ ਤੁਸੀਂ ਸਭ ਤੋਂ ਪਹਿਲਾਂ ਜਿੱਥੇ ਫਾਰਮ ਭਰਿਆ ਹੈ ਉੱਥੇ ਹੀ ਇਨ੍ਹਾਂ ਦੇ ਸਿਲੇਬਸ ਪਏ ਹੈ ਤੁਸੀਂ ਕਾਂਸਟੇਬਲ ਦਾ ਸਿਲੇਬਸ ਕੱਢ ਕੇ ਆਪਣੀ ਅਲਮਾਰੀ ਤੇ ਜਾਂ ਆਪਣੇ ਰੂਮ ਦੇ ਵਿੱਚ ਚਿਪਕਾ ਲਓ ਜਾਂ ਪੀਵੀਆਈ ਵਾਲਾ ਤੇ ਜਾਂ ਹੈੱਡ ਕਾਂਸਟੇਬਲ ਵਾਲਾ ਇਹ ਤਿੰਨੇ ਸਿਲੇਬਸ ਜਦੋਂ ਤੁਸੀਂ ਆਪਣੇ ਉੱਥੇ ਚਿਪਕਾ ਲਏ ਤਾਂ ਇੱਕ ਇਹਦਾ ਫਾਇਦਾ ਪਤਾ ਕੀ ਹੋਗਾ ਤੁਹਾਨੂੰ ਤੁਸੀਂ ਸਿਰਫ ਉਹਨਾਂ ਹੀ ਪੋਰਸ਼ਨ ਕਰਨਾ ਹੈ ਜਿਵੇਂ ਕਾਂਸਟੇਬਲ ਦੇ ਪੇਪਰ 'ਚ ਲਿਖਿਆ ਹੋਇਆ ਸਾਫ਼ ਕਿ ਹਿਸਟਰੀ ਜੀਓਗ੍ਰਾਫੀ ਇਕਨੋਮੀ ਆਫ ਪੰਜਾਬ ਫਿਰ ਉਹ ਇਕਨੋਮੀ ਜੀਓਗ੍ਰਾਫੀ ਹਿਸਟਰੀ ਇੰਡੀਆ ਦੀ ਥੋੜਾ ਪਾਉਣਗੇ ਠੀਕ ਦੂਜੀ ਗੱਲ ਉੱਥੇ ਲਿਖੀ ਆ ਪੋਲਿਟੀ ਤੀਜੀ ਗੱਲ ਲਿਖੀ ਆ ਸਾਇੰਸ ਤੇ ਚੌਥੀ ਗੱਲ ਲਿਖੀ ਆ ਕਰੰਟ ਬਸ ਗੱਲ ਖਤਮ ਤੁਹਾਡਾ ਮੇਨ ਫੋਕਸ ਉਸ ਪੋਰਸ਼ਨ ਤੇ ਹੋਣਾ ਚਾਹੀਦਾ ਜਿਹੜਾ ਉਹਨਾਂ ਦਾ ਸਿਲੇਬਸ ਆ ਮੈਥ ਦੇ ਜਿਹੜੇ-ਜਿਹੜੇ ਚੈਪਟਰ ਉਹਨਾਂ ਨੇ ਕਹੇ ਆ ਮੈਥ ਦੇ ਜਿਹੜੇ-ਜਿਹੜੇ ਚੈਪਟਰ ਉਹਨਾਂ ਨੇ ਕਹੇ ਆ ਤੁਸੀਂ ਉਹਨਾਂ ਚੈਪਟਰਾਂ ਤੇ ਫੋਕਸ ਕਰੋ ਬਸ ਉਹੀ ਚੈਪਟਰ ਕਰਨੇ ਆ ਉਸ ਤੋਂ ਬਿਨਾ ਉਸ ਤੋਂ ਬਿਨਾ ਤੁਸੀਂ ਕੁਝ ਵੀ ਕੋਈ ਵੀ ਚੀਜ਼ ਹੋਰ ਨਹੀਂ ਕਰਨੀ ਠੀਕ ਕੋਈ ਵੀ ਨਵਾਂ ਚੈਪਟਰ ਛੇੜਨ ਦੀ ਲੋੜ ਨਹੀਂ ਜਿਹੜਾ ਤੁਸੀਂ ਪੇਪਰ ਦੀ ਤਿਆਰੀ ਕਰ ਰਹੇ ਹੋ ਉਹਦੇ ਅਕੋਰਡਿੰਗ ਜਿਹੜਾ ਸਿਲੇਬਸ ਆ ਸਿਰਫ ਉਹੀ ਕਰੋ ਵਾਰ-ਵਾਰ ਕਰੋ ਪ੍ਰੈਕਟਿਸ ਕਰੋ ਚੰਗੀ ਤਰ੍ਹਾਂ ਜਿੱਥੇ ਪੜ ਰਹੇ ਹੋ ਉਸੇ ਇੰਸਟੀਚਿਊਟ ਦੇ ਜੋ ਨੋਟਸ ਦੇ ਵਿੱਚੋਂ ਉਸ ਟਾਪਿਕ ਨੂੰ ਚੰਗੀ ਤਰ੍ਹਾਂ ਦੁਹਰਾਓ ਠੀਕ ਹੈ ਪੋਲੀਟੀ ਤਾਂ ਸਾਰੀ 9ਵੀਂ 10ਵੀਂ ਦੀ ਪੰਜਾਬ ਬੋਰਡ ਦੀ ਕਿਤਾਬ ਚ ਪਈ ਆ ਠੀਕ ਆ ਆ ਹਿਸਟਰੀ ਜੀਓਗ੍ਰਾਫੀ ਇਕਨੋਮੀ ਵਾਸਤੇ ਪੰਜਾਬੀ ਚ ਇੱਕ ਕਿਤਾਬ ਆਉਂਦੀ ਆ ਸਾਡਾ ਪੰਜਾਬ ਆਬਜੈਕਟਿਵ ਕਿਤਾਬ ਆਉਂਦੀ ਆ ਪੰਜਾਬ ਪੀਡੀਆ ਪੰਜਾਬੀ ਚ ਪ੍ਰਸ਼ਨ ਉੱਤਰਾਂ ਲਈ ਆ ਦੋ ਕਿਤਾਬਾਂ ਨਾਲ ਤੁਹਾਡਾ ਆ ਸਰ ਜਾਣਾ ਪਾਲਿਟੀ ਦੀ ਕਿਤਾਬ ਜਿਹੜੀ ਆ ਇਹ 9ਵੀਂ 10ਵੀਂ ਵਾਲੀ ਨਾਲ ਸਰ ਜਾਣਾ ਠੀਕ ਆ ਕਰੰਟ ਅਫੇਅਰਸ ਪੰਜਾਬੀ ਦੇ ਵਿੱਚ ਸਾਡਾ ਇੰਸਟੀਚਿਊਟ ਵੀ ਫ੍ਰੀ ਰਿਲਾਉਂਚ ਕਰ ਰਿਹਾ ਹੈ ਤੇ ਸ਼ਾਇਦ ਮੈਂ ਪੜ੍ਹ ਰਿਹਾ ਸੀ ਕਿਤੇ ਕਿ ਪੰਜਾਬ ਪੀਡੀਆ ਵੀ ਪੰਜਾਬੀ ਚ ਕਰੰਟ ਅਫੇਅਰਸ ਬਣਾ ਰਿਹਾ ਹੈ ਸੋ ਜਿਹੜਾ ਵੀ ਬਣਾ ਰਿਹਾ ਯਾਰ ਤੁਹਾਨੂੰ ਤਾਂ ਕਰੰਟ ਅਫੇਅਰਸ ਚਾਹੀਦੇ ਆ ਸੋ ਅਸੀਂ ਇੱਥੇ ਕਿਸੇ ਹੋਰ ਪਲੇਟਫਾਰਮ ਨੂੰ ਪ੍ਰੋਮੋਟ ਕਰਨੀ ਬਟ ਅਸੀਂ ਚਾਹੁੰਦੇ ਆ ਕਿ ਤੁਹਾਡਾ ਵੱਧ ਤੋਂ ਵੱਧ ਸਰਦਾ ਹੋ ਜੇ ਭਲਾ ਹੋ ਜੇ ਬਸ ਸੋ ਇਸ ਤੋਂ ਬਿਨਾ ਤਿਆਨੂੰ ਕਿਤੇ ਵੀ ਕੁਝ ਵੀ ਕਰਨ ਦੀ ਲੋੜ ਹੈ ਹੀ ਨਹੀਂ ਠੀਕ ਸੋ ਇਹ ਕਾਂਸਟੇਬਲ ਦੀ ਤਿਆਰੀ ਕਈ ਬੱਚੇ ਇਹੋ ਜਿਹੇ ਆ ਜਿਵੇਂ ਕਈ ਕੁੜੀਆਂ ਹੋਣਗੀਆਂ ਜਿਹੜੀਆਂ ਕਹਿੰਦੀਆਂ ਕਿ ਪੁਲਿਸ ਦੇ ਪੇਪਰਾਂ 'ਚ ਅਸੀਂ ਇੰਟਰਸਟਿਡ ਨਹੀਂ ਜਾਂ ਮੁੰਡੇ ਵੀ ਹੋਣਗੇ ਤੇ ਸਾਡੀ ਤਿਆਰੀ ਵੀ ਬਹੁਤ ਵੱਡੇ ਲੈਵਲ ਦੀ ਨਹੀਂ ਅਸੀਂ ਪੀਪੀਐਸਸੀ ਦੀ ਤਿਆਰੀ ਵੀ ਨਹੀਂ ਕਰ ਰਹੇ ਸਾਡੇ ਵਾਸਤੇ ਪੀਟ੍ਰੀਪਲੱਸ ਵੀ ਆਉਣ ਵਾਲੇ ਦਿਨਾਂ 'ਚ ਕਲਰਕ ਦਾ ਪੇਪਰ ਲੈ ਰਿਆ ਪੀਟਰ ਪੀਪੀਐਸਸੀ ਸੀਨੀਅਰ ਸਹਾਇਕਾਂ ਦਾ ਪੇਪਰ ਲੈ ਰਿਹਾ ਹੈ ਤੁਸੀਂ ਮੈਨੂੰ ਖੁਦ ਦੱਸੋ ਦਿਲ ਤੇ ਹੱਥ ਰੱਖ ਕੇ ਕੀ ਤੁਹਾਨੂੰ ਟਾਈਪਿੰਗ ਆਉਂਦੀ ਹੈ ਨਹੀਂ ਆਉਂਦੀ ਨਾ ਫੇਰ ਤੁਸੀਂ ਸਭ ਤੋਂ ਪਹਿਲਾਂ ਟਾਈਪਿੰਗ ਕਰੋ ਸਭ ਤੋਂ ਪਹਿਲਾਂ ਤੁਸੀਂ ਟਾਈਪਿੰਗ ਕਰੋ ਸਵੇਰੇ ਸ਼ਾਮ ਇੱਕ ਤੁਸੀਂ ਟਾਈਪਿੰਗ ਕਰੋ ਠੀਕ ਹੈ ਜੀ ਇੱਕ ਤੁਸੀਂ ਟਾਈਪਿੰਗ ਕਰੋ ਸਭ ਤੋਂ ਮੇਨ ਚੀਜ਼ ਹੈ ਜਿਹੜੀ ਤੁਹਾਡੀ ਇੱਕ ਟਾਈਪਿੰਗ ਬਹੁਤ ਜ਼ਰੂਰੀ ਹੈ ਇੱਕ ਤੁਸੀਂ ਅੱਜ ਤੋਂ 2 ਮਹੀਨ ਸਾਲ ਬਾਅਦ 2 ਮਹੀਨੇ ਬਾਅਦ ਆਉਣ ਵਾਲੇ ਪੇਪਰ ਤੇ ਫੋਕਸ ਕਰੋ ਜਿਵੇਂ ਕਲਰਕ ਦਾ ਪੇਪਰ 2 ਮਹੀਨੇ ਬਾਅਦ ਆਊਗਾ ਉਹਦਾ ਸਾਰਾ ਸਿਲੇਬਸ ਪਟਵਾਰੀ ਵਾਲਾ ਹੈ ਐਗਰੀਕਲਚਰ ਨੂੰ ਕੱਢ ਕੇ ਕਿਉਂ ਨਹੀਂ ਤਿਆਰੀ ਕਰਦੇ ਤੁਸੀਂ ਅੱਜ ਤੋਂ ਸੀਨੀਅਰ ਅਸਿਸਟੈਂਟ ਵਾਲੇ ਨੈਤ ਤਹਿਸੀਲਦਾਰ ਵਾਲੇ ਹੱਥ ਤੇ ਹੱਥ ਜੋੜ ਕੇ ਬੈਠੇ ਆ ਜਿਸ ਦਿਨ ਇਹਨਾਂ ਨੇ ਨੋਟੀਫਾਈ ਕੀਤਾ 15 20 ਦਿਨਾਂ ਦੇ ਅੰਦਰ ਅੰਦਰ ਬਾਕੀ ਪੇਪਰਾਂ ਦੀ ਨੋਟੀਫਿਕੇਸ਼ਨ ਕੱਢ ਕੇ ਪੀਪੀਐਸਸੀ ਦਾ ਕੀ ਪਤਾ ਹੈ 6-7 6-7 ਡਿਪਾਰਟਮੈਂਟਾਂ ਦਾ ਪੇਪਰ ਇਕੱਠਾ ਹੀ ਲੈ ਲੇ ਨੇਬ ਦਾ ਸੀਨੀਅਰ ਅਸਿਸਟੈਂਟ ਦਾ ਤੇ ਫੋਰੈਸਟ ਦਾ ਪੇਪਰ ਇਕੱਠਾ ਲੈ ਲੇ ਫਿਰ ਕੀ ਕਰੋਗੇ ਪੇਪਰਾਂ ਦੀ ਤਿਆਰੀ ਨੀਤ ਨਾਲ ਕਰ ਲੋ ਚੰਗੀ ਤਰ੍ਹਾਂ ਕਰੋ ਪੇਪਰਾਂ ਤੇ ਇਹ ਸੋਚੋ ਹੀ ਨਾ ਕਿ ਪੇਪਰ ਹੋਣੇ ਨਹੀਂ ਤੁਸੀਂ ਕਹਿੰਦੇ ਸੀ ਨਾ ਕਿ ਸਬ ਇਨਸਪੈਕਟਰ ਦਾ ਨਹੀਂ ਹੋਣਾ ਫਲਾਣਾ ਨਹੀਂ ਹੋਣਾ ਤੁਹਾਡੇ ਸਾਹਮਣੇ ਪੇਪਰ ਆ ਗਏ ਤੇ ਇੱਕੋ ਹੀ ਰੋਲਾ ਸੀ ਪਤਾ ਨਹੀਂ ਇੰਨੀ ਜਲਦੀ ਕਿਵੇਂ ਆ ਗਏ ਪੇਪਰ ਲੈ ਜਾ ਰਹੇ ਆ ਪੇਪਰ ਹੋਣੇ ਆ ਤੁਹਾਨੂੰ ਸਮਝ ਨਹੀਂ ਆਉਣਾ ਕਿਹੜਾ ਪੇਪਰ ਆ ਜਿਹੜਾ ਨਹੀਂ ਹੋਇਆ ਹਰ ਇੱਕ ਪੇਪਰ ਹੋ ਰਿਹਾ ਤੁਹਾਡਾ ਸੋ ਪਲੀਜ਼ ਇਸ ਚੀਜ਼ ਤੇ ਬਹੁਤ ਜ਼ਿਆਦਾ ਫੋਕਸ ਕਰੋ ਕਿ ਤਿਆਰੀ ਕਿਵੇਂ ਕਰਨੀ ਹੈ ਸੋ ਇਹ ਤਾਂ ਅਸੀਂ ਵੀਡੀਓ ਦਾ ਉਹ ਹਿੱਸਾ ਜਿਹੜਾ ਅਸੀਂ ਤਿਆਰੀ ਨਾਲ ਸੰਬੰਧਿਤ ਤਿਆਰ ਕੀਤਾ ਸੀਗਾ ਇਸ ਤੋਂ ਬਾਅਦ ਮਾਸਟਰ ਕਲਾਸਿਸ ਪਟਿਆਲਾ ਦੀ ਐਪ ਤੇ ਅੱਜ ਰਖੜੀ ਵਾਲੇ ਦਿਨ ਅੱਜ ਦਾ ਦਿਨ ਸੰਡੇ ਦਾ ਦਿਨ ਆ ਠੀਕ ਹੈ ਸਪੈਸ਼ਲੀ ਅੱਜ ਵਾਸਤੇ ਵੀ ਸਾਡੇ ਕੋਰਸਿਸ ਜਿਹੜੇ ਨੇ ਅਸੀਂ ਐਕਸਰਸਾਈਜ਼ ਦਾ ਕੋਰਸ ਫੁੱਲ ਫਲੇਜ ਕੰਪਲੀਟ ਕਰਤਾ ਹੈ ਜਿਹਦੇ ਵਿੱਚ ਸਾਡੀਆਂ ਵੀਡੀਓਜ਼ ਨੇ ਡਾਊਨਲੋਡ ਫਾਰਮ ਚ ਸਟਡੀ ਮਟੀਰੀਅਲ ਆ ਜਿੰਨੂੰ ਕਿ ਅਸੀਂ ਰਾਤੀ ਬੈਠ ਕੇ ਸਾਰਾ ਸੈੱਟ ਕਰਦਾ ਜਿਹੜਾ ਕਿ ਬੱਚਿਆਂ ਨੂੰ ਡਾਊਟ ਸੀ ਕਿ ਇੱਕ ਇੰਡੀਅਨ ਇਕਨੋਮੀ ਪੰਜਾਬ ਇਕਨੋਮੀ ਦਾ ਸਿਲੇਬਸ ਉਸ ਜਿਹੜਾ ਹੈਗਾ ਉਹ ਸਕੈਟਰਡ ਆ ਉਹ ਸਾਰੇ ਨੂੰ ਅਸੀਂ ਕੰਪਾਈਲ ਕਰਤਾ ਐਮਸੀਕਿਊਜ਼ ਜਿਹੜੇ ਨੇ ਆਬਜੈਕਟਿਵ ਟਾਈਪ ਉਹ ਪੂਰੇ ਪੂਰੇ ਸਿਲੇਬਸ ਦੇ 40 ਦੇ 40 ਮਾਰਕਸ ਦੇ ਐਮਸੀਕਿਊਜ਼ ਜਿਹੜੇ ਆ ਜੀ ਉਹ ਤਿਆਰ ਕਰਤੇ ਠੀਕ ਇੱਕ ਦੋ ਐਮਸੀਕਿਊਜ਼ ਦੀਆਂ ਫਾਈਲ ਤਿਆਰ ਹੋਣਾਂ ਲਿਆ ਪਈਆਂ ਉਹ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਤਿਆਰ ਹੋ ਕੇ ਅਪਲੋਡ ਹੋ ਜਾਣਗੀਆਂ ਬਾਕੀ ਸਭ ਤਿਆਰ ਕਰਤਾ ਐਕਸਾਈਜ਼ ਦਾ ਕੋਰਸ ਅੱਜ ਆਜ ਵਾਸਤੇ 2000 ਦਾ ਅਦਰਵਾਈਜ਼ ਇਹਦਾ ਕੱਲ ਤੋਂ ਰੇਟ 2300 ਰੁਪਏ ਆ ਠੀਕ ਤੁਸੀਂ ਇਹ ਬਾਇ ਕਰ ਸਕਦੇ ਹੋ ਇਸ ਤੋਂ ਬਿਨਾ ਜਿਹੜੇ ਕੋਆਪਰੇਟਿਵ ਬੈਂਕ ਦਾ ਜਿਹੜੇ ਕੋਆਪਰੇਟਿਵ ਬੈਂਕ ਦਾ ਸਾਡਾ ਕੋਰਸ ਬਾਇ ਕਰਨਾ ਚਾਹੁੰਦੇ ਆ ਕੋਆਪਰੇਟਿਵ ਬੈਂਕ ਦਾ ਬੈਂਕਿੰਗ ਵਾਲਾ ਕੋਰਸ ਜਿਹੜਾ ਜੀ ਉਹ ਅਸੀਂ ਅੱਜ ਵਾਸਤੇ 480 ਰੁਪਏ ਚ ਉਹਨੂੰ ਕੋਆਪਰੇਟਿਵ ਬੈਂਕ ਤੱਕ ਲਈ 480 ਰੁਪਏ ਚ ਰੀਲੀਜ਼ ਕਰਤਾ ਹੈ ਉਹਦੇ ਚ ਬੈਂਕਿੰਗ ਨਾਲ ਰਿਲੇਟਡ ਐਮਸੀਕਿਊਜ਼ ਨੇ ਤੇ ਸਾਰੀਆਂ ਵੀਡੀਓਜ਼ ਨੇ ਤੇ ਡਾਊਨਲੋਡ ਫਾਰਮ ਚ ਪੀਡੀਐਫ ਆ ਉਸ ਤੋਂ ਬਿਨਾ ਹੈੱਡ ਕਨਸਟੇਬਲ ਦਾ ਕੋਰਸ ਜਿਹੜਾ ਕਿ 4500 ਰੁਪਏ ਦਾ ਹੈ ਅੱਜ-ਅੱਜ ਵਾਸਤੇ ਉਹਦਾ ਪ੍ਰਾਈਸ ਜਿਹੜਾ ਹੈ 4000 ਰੁਪਏ ਆ ਉਹਨੂੰ ਤੁਸੀਂ ਬਾਇ ਕਰ ਸਕਦੇ ਹੋ ਕਨਸਟੇਬਲ ਦਾ ਕੋਰਸ ਜਿਹਦੇ ਵਿੱਚ ਕੀ ਅਸੀਂ ਪ੍ਰੈਕਟਿਸ ਟੈਸਟ ਸੀਰੀਜ਼ ਫ੍ਰੀ ਪਲੱਸ ਮੇਨ ਟੈਸਟ ਸੀਰੀਜ਼ ਲਾਂਚ ਕਰਨ ਜਾ ਰਹੇ ਹਾਂ ਈਵਨ ਕਿ ਅਸੀਂ ਸਟਾਰਟ ਕਰ ਚੁੱਕੇ ਹਾਂ ਇਹ ਬੈਚ ਸਾਡਾ 3300 ਰੁਪਏ ਦਾ ਹੈ ਤੇ ਅੱਜ-ਅੱਜ ਵਾਸਤੇ ਇਹ ਬੈਚ ਤੁਹਾਨੂੰ 2800 ਰੁਪਏ ਚ ਮਿਲ ਰਿਹਾ ਇਹਦੇ ਚ ਫੁੱਲ ਟੈਸਟ ਸੀਰੀਜ਼ ਸਭ ਕੁਝ ਅਵੇਲੇਬਲ ਹੋਊਗਾ ਠੀਕ ਹੈ ਤੇ ਸਾਰਾ ਸਟੱਡੀ ਮਟੀਰੀਅਲ ਸਾਡਾ ਪੰਜਾਬੀ ਚ ਹੈ। ਇਹ ਕੁਝ ਬੈਚੇਜ਼ ਨੇ ਸਾਡੇ ਇੰਪੋਰਟੈਂਟ ਬੈਚੇਜ਼। ਬੱਚੇ ਕਹਿ ਰਹੇ ਆ ਪਟਵਾਰੀ ਦੀ ਮੇਨਸ ਦੇ ਟੈਸਟ ਸੀਰੀਜ਼ ਉਹਦੇ ਵਾਸਤੇ ਅਸੀਂ ਇੱਕ ਦੋ ਦਿਨਾਂ ਤੱਕ ਅਨਾਉਂਸ ਕਰਾਂਗੇ ਕਿ ਅਸੀਂ ਮੇਨਸ ਦੀ ਟੈਸਟ ਸੀਰੀਜ਼ ਬਾਰੇ ਕੀ ਸੋਚਿਆ। ਠੀਕ ਹੈ। ਇੱਕ ਕੋਰਸ ਸਾਡਾ ਜਿਹੜਾ ਹੋਰ ਆ ਜੀ ਕੰਪਿਊਟਰ ਐਗਰੀਕਲਚਰ ਕੋਰਸ ਉਹ ਅਸੀਂ ਇੱਕ ਦਿਨ ਚ ਅਸੀਂ ਪਬਲਿਸ਼ ਕਰਾਂਗੇ। ਤੁਸੀਂ ਸਾਡੀ ਐਪ ਨਾਲ ਬਣੇ ਰਿਹਾ ਕਰੋ। ਠੀਕ ਹੈ। ਸਾਡੀ ਐਪ ਦੇ ਹੋਮ ਪੇਜ ਤੇ ਜਾ ਕੇ ਸਾਡੀ ਐਪ ਦਾ ਜਿਹੜਾ ਹੋਮ ਪੇਜ ਆ ਉਹਦੇ ਥੱਲੇ ਸਕਰੋਲ ਕਰਦੇ ਜਾਓ ਥੱਲੇ ਫੀਚਰਡ ਕੋਰਸਸ ਬਾਏ ਯੂਅਰ ਟੀਚਰ ਦੇ ਵਿੱਚ ਕਾਫੀ ਕੋਰਸਸ ਸ਼ੋ ਹੋ ਜਾਂਦੇ ਆ ਸਾਡੀ ਐਪ ਦੇ ਵਿੱਚ ਹੀ ਉੱਪਰ ਇੱਕ ਬੈਨਰ ਲੱਗਿਆ ਹੋਇਆ ਜਿਹਦੇ ਤੇ ਕੋਰਸ ਬਾਏ ਕਰਨ ਦਾ ਤਰੀਕਾ ਦੱਸਿਆ ਹੈ ਉਹਦੇ ਤੇ ਵੀ ਕਲਿੱਕ ਕਰ ਦੋਗੇ ਨਾ ਉਹਦੇ ਅੰਦਰ ਵੀ ਤੁਹਾਨੂੰ ਕਈ ਕੋਰਸ ਖੁੱਲ ਜਾਣਗੇ ਉਹਨਾਂ ਚ ਇੱਕ ਕੋਰਸ ਆ ਹਾਊ ਟੂ ਬਾਏ ਹਾਊ ਟੂ ਬਾਏ ਦਾ ਮਤਲਬ ਇਹ ਆ ਕਿ ਤੁਹਾਡੇ ਕੋਲ ਆਪਣਾ ਕੋਈ ਤੁਹਾਨੂੰ ਪਤਾ ਨਹੀਂ ਕਿ ਐਪ ਤੋਂ ਕੋਰਸ ਕਿਵੇਂ ਬਾਏ ਕਰਨਾ ਹੈ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਕਿ ਸਾਡੀ ਐਪ ਜੇ ਕਿਸੇ ਨੇ ਆਈਫੋਨ ਤੋਂ ਡਾਊਨਲੋਡ ਕਰਨੀ ਆ ਤਾਂ ਮਾਈ ਇੰਸਟੀਟਿਊਟ ਐਪ ਆ ਸਾਡੀ ਤੇ ਸਾਡਾ ORG ਕੋਡ ਆ MBWOG ਛੋਟੇ ਅੱਖਰਾਂ ਚ ਜਿਨ੍ਹਾਂ ਨੇ Google ਤੋਂ ਕਰਨੀ ਆ ਉਹ ਮਾਸਟਰ ਕਲਾਸਿਸ ਪਟਿਆਲਾ ਹੀ ਆ ਦੂਜੀ ਗੱਲ ਕਈ ਵਾਰੀ ਕਈ ਬੱਚਿਆਂ ਨੂੰ ਇਹ ਨਹੀਂ ਸਮਝ ਆਉਂਦੀ ਕਿ ਅਸੀਂ ਤੁਹਾਡੀ ਐਪ ਤੋਂ ਕੋਰਸ ਬਾਏ ਕਰਨਾ ਚਾਹੁੰਦੇ ਅਸੀਂ ਕੋਰਸ ਤੇ ਚਲੇ ਕੇ ਥੱਲੇ ਬਾਏ ਵੀ ਕਰ ਲਿਆ ਸਟੇਟ ਵੀ ਸਿਲੈਕਟ ਕਰ ਲਈ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਡੇ ਫੋਨ 'ਚ ਤਾਂ Google Pay ਹੈ ਹੀ ਨਹੀਂ ਅਸੀਂ ਕਿਸੇ ਤੋਂ Google Pay ਕਰਾਉਣਾ ਹੈ ਉੱਥੇ ਕਈ ਆਪਸ਼ਨਸ ਆ ਜਾਂਦੇ ਆ ਬਾਈ ਦੇ ਬਾਈ ਤੋਂ ਕਰਨ ਤੋਂ ਬਾਅਦ ਸਟੇਟ ਸਿਲੈਕਟ ਕਰਨ ਤੋਂ ਬਾਅਦ ਕੀ ਤੁਹਾਡੇ ਕੋਲ ਕਾਰਡ ਜੇ ਤਾਂ ATM ਕਾਰਡ ਆ ਤੁਸੀਂ ਇੱਥੇ ਜਾਓ ਕੀ ਤੁਹਾਡੇ ਕੋਲ ਆਪਣੇ ਫੋਨ 'ਚ Google Pay ਹੈਗਾ ਤਾਂ Google Pay ਤੇ ਜਾਓ ਜਿਹਦੇ ਕੋਲ ਕੁਝ ਵੀ ਨਹੀਂ ਨਾ ਹੈਗਾ ਉਹ ਇੱਕ ਹੋਰ ਆਪਸ਼ਨ ਆ ਉੱਥੇ UPI ਉਹਦੇ ਤੇ ਜਾਓ ਜਦੋਂ ਤੁਸੀਂ UPI ਤੇ ਜਾਓਗੇ ਤਾਂ ਉੱਥੇ ਲਿਖਿਆ ਆ ਜਾਊਗਾ UPI ID ਹੁਣ ਤੁਹਾਡੇ ਦਿਮਾਗ 'ਚ 665 ਜਾਂ ਕਿ ਤੁਹਾਡੀ UPI ID ਕੀ ਹੈ ਤੁਸੀਂ ਜਿਸ ਫੋਨ ਤੇ ਕੋਰਸ ਬਾਈ ਕਰ ਰਹੇ ਹੋ ਉਹਦੇ ਤੇ ਤਾਂ Google Pay ਹੈ ਨਹੀਂ ਤੁਸੀਂ ਆਪਣਾ ਦੂਜਾ ਫੋਨ ਚੱਕੋ ਜਾਂ ਕਿਸੇ ਰਿਸ਼ਤੇਦਾਰ ਦਾ ਜਿਹੜੇ ਫੋਨ ਤੋਂ ਤੁਸੀਂ ਬੇ ਕਰਨਾ ਹੈ ਤੁਸੀਂ ਉਸ ਬੰਦੇ ਦਾ Google Pay ਖੋਲੋ ਉਹਦੇ ਐਸ ਕਾਰਨਰ ਤੇ ਜਾਂ ਐਸ ਕਾਰਨਰ ਤੇ ਗੋਲੇ 'ਚ ਉਹਦਾ ਨਾਮ ਜਾਂ ਉਹਦੀ ਫੋਟੋ ਬਣੀ ਹੁੰਦੀ ਹੈ ਉਹਦੇ ਤੇ ਕਲਿੱਕ ਕਰ ਦਿਓ ਉਹਦੇ ਥੱਲੇ ਜਿਵੇਂ ਮੇਰਾ ਨਾਮ XYZ ਤਾਂ ਉੱਥੇ ਮੇਰੀ Google ID ਆ ਜਾਊਗੀ UPI ID xyz@the rate okay icicii ਐਵੇਂ ਦੀ ਜਾਂ okay hdfc ਉਹ okay ਵਿੱਚ ਪੱਕਾ ਹੁੰਦਾ ਉਸ ID 'ਚ ਉਹ ID ਤੁਸੀਂ ਉੱਥੋਂ ਚੱਕੋ ਯਾਦ ਕਰੋ ਆਪਣੀ ਇੱਥੇ UPI ID 'ਚ ਭਰ ਦਿਓ ਜਦੋਂ ਤੁਸੀਂ ਉਸ ਤੋਂ ਬਾਅਦ ਥੱਲੇ ਪੇ ਤੇ ਕਲਿੱਕ ਕਰੋਗੇ ਤਾਂ ਉਹ ਦੂਸਰੇ ਬੰਦੇ ਦੇ ਫੋਨ ਤੇ ਮੈਸੇਜ ਜਾਊਗਾ ਕਿ ਭਰਾਵਾ ਪੈਸੇ ਪੇ ਕਰਦੇ ਸੋ ਤੁਸੀਂ ਕਿਸੇ ਵੀ ਪੇਮੈਂਟ ਦੇ ਤਰੀਕੇ ਨਾਲ ਪੈਸੇ ਪੇਮੈਂਟ ਕਰ ਸਕਦੇ ਹੋ ਉਹਦੇ ਵਿੱਚ ਕੋਈ ਦਿੱਕਤ ਨਹੀਂ ਜੇ ਤੁਸੀਂ ਸਾਡੀ ਵੀਡੀਓ ਨੂੰ ਪੂਰਾ ਦੇਖ ਰਹੇ ਹੋ ਨਾ ਤਾਂ ਤੁਹਾਨੂੰ ਸਮਝ ਆ ਜਾਊਗਾ ਕਿ ਪੇਮੈਂਟ ਕਰਨ ਦਾ ਕੀ ਤਰੀਕਾ ਹੈ ਤੁਸੀਂ ਸਾਡੀ ਮਾਸਟਰ ਕਲਾਸਿਸ ਪਟਿਆਲਾ ਦੀ ਐਪ ਖੋਲ ਕੇ ਉਹਦੇ ਇਸ ਬੈਨਰ ਤੇ ਜਿੱਥੇ ਲਿਖਿਆ ਹੋਇਆ ਹੈ ਹਾਊ ਟੂ ਬਾਏ ਕੋਰਸਸ ਕੋਰਸਸ ਬਾਏ ਕਰਨ ਲਈ ਇੱਥੇ ਰੈੱਡ ਜੇ ਡਾਟ ਤੇ ਕਲਿੱਕ ਕਰੋ ਤੁਸੀਂ ਇਸ ਬੈਨਰ ਤੇ ਕਿਤੇ ਵੀ ਕਲਿੱਕ ਕਰ ਦੋ ਅੰਦਰ ਕੋਈ ਵੀ ਕੋਰਸ ਤੁਹਾਨੂੰ ਅੱਜ ਡਿਸਕਾਊਂਟ ਰੇਟ ਤੇ ਮਿਲੂਗਾ ਸੋ ਉਮੀਦ ਕਰਦੇ ਆ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਜਿਹੜਾ ਸੈਸ਼ਨ ਸੀਗਾ ਚੰਗਾ ਲੱਗਿਆ ਹੋਊਗਾ ਅੱਜ ਵਾਸਤੇ ਇੰਨਾ ਹੀ ਬਹੁਤ ਆ ਜੀ ਸੋ ਧੰਨਵਾਦ